ਗੁਰੂ ਰੂਪ ਖਾਲਸਾ ਜੀ ਅੱਜ ਦਾ ਪ੍ਰੋਗਰਾਮ ਬੈਸਟ ਰਿਕਾਰਡਿੰਗ ਕੰਪਨੀ ਜਸਪ੍ਰੀਤ ਸਿੰਘ ਵੱਲੋਂ ਰੈਕ ਰੂਮ ਸਟੂਡੀਓ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਮੌਜੂਦਾ ਹਾਲਾਤਾਂ ਉੱਤੇ ਬਹੁਤ ਸਾਰੀਆਂ ਸੰਗਤਾਂ ਦੀ ਸਿਫਾਰਿਸ਼ ਉੱਤੇ ਬੜੀ ਪਿਆਰੀ ਨਜ਼ਮ ਕਵੀਸ਼ਰੀ ਦੀ ਪੇਸ਼ ਕਰ ਰਹੇ ਹਾਂ ਜੋ ਅੱਜ ਸੰਸਾਰ ਵਿੱਚ ਬੀਤ ਰਿਹਾ ਹੈ। ਮਾਪੇ ਤੇ ਪੁੱਤਰਾਂ ਦਾ ਆਪਸ ਵਿੱਚ ਪਿਆਰ, ਜਿਵੇਂ ਭਰਾ ਭਰਾ ਦੀ ਜਾਨ ਦਾ ਵੈਰੀ ਹੋਇਆ ਪਿਆ, ਜਿਵੇਂ ਧਾਰਮਿਕ ਸਮਾਜਿਕ ਜੰਗਾਂ ਸੰਸਾਰ ਵਿੱਚ ਹੋ ਰਹੀਆਂ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਸਾਰ ਵਿੱਚ ਆ ਕੇ ਸੰਸਾਰ ਦੇ ਲੋਕਾਂ ਦੇ ਭਰਮ ਭੁਲੇਖੇ ਛੂਤ ਛਾਤ ਜਾਤ ਪਾਤ ਸੁੱਚ ਪਿੱਟ ਸਭ ਨੂੰ ਭਰਾਤਰੀ ਭਾਵ ਦਾ ਇੱਕ ਪਿਆਰ ਦਾ ਮੁਜੱਸਮਾ ਬਣਾ ਦਿੱਤਾ ਸੀ। ਪਰ ਅੱਜ ਸੰਸਾਰ ਵਿੱਚ ਕੁੱਖ ਵਿੱਚ ਸੰਸਾਰ ਨੂੰ ਜਨਮ ਦੇਣ ਵਾਲੀ ਧੀ ਨੂੰ ਮਾਰਿਆ ਜਾ ਰਿਹਾ ਹੈ। ਸੰਸਾਰ ਵਿੱਚ ਨਸ਼ਿਆਂ ਦੀ ਭਾਰਤ ਦੀ ਧਰਤੀ ਉੱਤੇ ਭਰਮਾਰ ਪਈ ਹੋਈ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਪਾਤਸ਼ਾਹ ਤੁਸੀਂ ਆਏ ਸੀ ਸੰਸਾਰ ਦੇ ਲੋਕਾਂ ਨੂੰ ਪਿਆਰ ਵੰਡਣ ਵਾਸਤੇ। ਅੱਜ ਵੀ ਤੁਹਾਡੀ ਮਿੱਠੀ ਪਿਆਰੀ ਬਾਣੀ ਸੰਸਾਰ ਨੂੰ ਪਿਆਰ ਵੰਡਦੀ ਹੈ, ਮਿਠਾਸ ਵੰਡਦੀ ਹੈ। ਪਰ ਕਿਉਂ ਸੰਸਾਰ ਵਿੱਚ ਅੱਜ ਭਾਗੋ ਦੀ ਨੀਅਤ ਰੱਖਣ ਵਾਲੇ ਉਹ ਲੋਕ ਕਦੇ ਤੁਸਾਂ ਏਮਨਾਬਾਦ ਦੀ ਧਰਤੀ ਤੇ ਮਲਕ ਭਾਗੋ ਨੂੰ ਸੱਚ ਦਾ ਉਪਦੇਸ਼ ਦੇ ਕੇ ਧਰਮ ਦਾ ਪ੍ਰਚਾਰਕ ਬਣਾਇਆ ਸੀ, ਸੱਜਣ ਠੱਗ ਵਰਗਿਆਂ ਨੂੰ ਠੱਗੀਆਂ ਤਿਆਗ ਕੇ ਸੰਸਾਰ ਦੇ ਪਹਿਰੇਦਾਰ ਬਣਾਇਆ ਸੀ, ਤੁਸਾਂ ਬੜੇ ਬੜੇ ਹੰਕਾਰੀਆਂ ਨੂੰ ਵਲੀ ਕੰਧਾਰੀ ਵਰਗਿਆਂ ਨੂੰ ਸੱਚ ਦੇ ਰਸਤੇ ਉੱਤੇ ਤੋਰਿਆ। ਪਰ ਅੱਜ ਧਰਮ ਦੇ ਨਾਂ ਉੱਤੇ ਲੋਕੀ ਦੁਕਾਨਾਂ ਚਲਾ ਰਹੇ ਨੇ, ਧਰਮ ਦੇ ਠੇਕੇਦਾਰ ਬਣ ਕੇ ਲੋਕ ਭੇਖੀ ਲੋਕ ਸੰਸਾਰ ਦੇ ਲੋਕਾਂ ਨੂੰ ਕਿਵੇਂ ਲੁੱਟ ਰਹੇ ਨੇ, ਕਿਵੇਂ ਲੁੱਟ ਹੋ ਰਹੀ ਲੁਕਾਈ ਦੀ। ਆਪ ਜੀ ਦੀ ਸੇਵਾ ਵਿੱਚ ਇੰਟਰਨੈਸ਼ਨਲ ਗੋਲਡ ਮੈਡਲਿਸਟ ਕਵੀਸ਼ਰ ਜਥਾ ਭਾਈ ਦਲਬੀਰ ਸਿੰਘ ਗਿੱਲ ਪਿੰਡ ਜਾੜ ਸਿੰਘ ਵਾਲਾ, ਸਾਥੀ ਭਾਈ ਗੁਰਮੇਲ ਸਿੰਘ ਪਿੰਡ ਮਰਾੜਾ, ਭੁਪਿੰਦਰ ਸਿੰਘ ਤੇ ਜੋਗਿੰਦਰ ਸਿੰਘ ਦੋਨੋਂ ਸਕੇ ਭਰਾ ਪੇਸ਼ ਕਰ ਰਹੇ ਨੇ ਪਿਆ ਜੋਰ ਭਾਗਵਾਂ ਦਾ ਲੱਗੀ ਲਾਲੋ ਹੱਥ ਕੜੀ। ਆ ਰੋਕ ਮਾਲਕਾ ਤੂੰ ਹਾਕਮਾ ਚੁੱਕੀ ਅਤ ਬੜੀ। ਪਿਆ ਜੋਰ ਭਾਗਵਾਂ ਦਾ ਲੱਗੀ ਲਾਲੋ ਹੱਥ ਕੜੀ ਕੜੀ ਜਿਆ, ਰੋਕ ਮਾਲਕਾ ਤੂੰ ਹਾਕਮਾ ਚੁੱਕੀ ਅਤ ਬੜੀ। ਓ ਵਾੜ ਖੇਤ ਨੂੰ ਖਾਈ ਜਾਵੇ ਉਲਝ ਗਿਆ ਹੈ ਤਾਣਾ। ਰਾਜਨੀਤੀ ਹੈ ਧਰਮ ਤੇ ਹੈ ਵੀ ਆਗੂ ਠੱਗਾਂ ਦਾ ਟਾਣਾ। ਕੋਈ ਧਰਮ ਸ਼ਰਮ ਨਹੀਂ ਹਾਂ, ਕੋਈ ਧਰਮ ਸ਼ਰਮ ਨਹੀਂ, ਮੂੰਹੋਂ ਜਾਂਦੇ ਕੂੜ ਪੜੀ ਪੜੀ ਜੀ ਪਿਆ ਜੋਰ ਭਾਗਵਾਂ ਦਾ ਲੱਗੀ ਲਾਲੋ ਹੱਥ ਕੜੀ ਕੜੀ ਜਿਆ, ਰੋਕ ਮਾਲਕਾ ਤੂੰ ਹਾਕਮਾ ਚੁੱਕੀ ਅਤ ਬੜੀ। ਓ ਸੱਜਣ ਮਿੱਤਰ ਸੱਜਣ ਮਿੱਤਰ ਰਿਸ਼ਤੇਦਾਰੀ ਤੇ ਪਿਆਰ ਜਗਤ ਵਿੱਚ ਪੈਸਾ। ਓ ਬੇਈਮਾਨੀ ਜਹਾਨ ਤੇ ਜ਼ੋਰ ਪਾ ਗਈ ਓ ਤੇ ਯਾਰ ਯਾਰਾਂ ਨਾਲ ਦਗਾ ਕਮਾ ਜਾਂਦੇ। ਉੱਤੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ, ਵਿੱਚੋਂ ਗੁੱਜੀਆਂ ਨਸਤਰਾਂ ਲਾ ਜਾਂਦੇ। ਉਹ ਪਹਿਲਾਂ ਪੱਗ ਵਟਾਮ ਦੇ ਬੈਠ ਕੋਲੇ ਔਖੀ ਬਣੀ ਤਾਂ ਕੰਡ ਵਖਾ ਜਾਂਦੇ। ਇਹ ਬੁੱਲੇ ਸ਼ਾਹ ਜੇ ਰੱਬ ਨਾ ਰਹੇ ਲੁੱਕ ਕੇ
ਰੱਬ ਨੂੰ ਵੇਚ ਕੇ ਖਾ ਜਾਂਦੇ। ਓ ਸੱਜਣ ਮਿੱਤਰ ਰਿਸ਼ਤੇਦਾਰੀ ਪਿਆਰ ਜਗਤ ਵਿੱਚ ਪੈਸਾ ਪੁੱਤ ਕਪੁੱਤ ਮਾਪੇ ਕੁਮਾਪੇ ਸਮਾਂ ਆ ਗਿਆ ਕੈਸਾ। ਟੀਵੀ ਅਖਬਾਰਾਂ ਤੇ ਹਾਂ ਟੀਵੀ ਅਖਬਾਰਾਂ ਤੇ ਕਤਲ ਦੀ ਜਾਂਦੀ ਖਬਰ ਪੜੀ ਪੜੀ ਜੀ ਪਿਆ ਜੋਰ ਭਾਗੂਆਂ ਦਾ ਲੱਗੀ ਲਾਲੋ ਹੱਥ ਕੜੀ ਕੜੀ ਜਿਆ ਰੋਕ ਮਾਲਕਾ ਤੂੰ ਹਾਕਮਾਂ ਚੁੱਕੀ ਹੱਥ ਬੜੀ। ਓ ਘਰ ਤੇਰੇ ਦੇ ਰਸਤੇ ਦੇ ਵਿੱਚ ਬੈਠੇ ਚੋਰ ਚੱਕੇ ਧਰਮ ਦੇ ਨਾਂ ਤੇ ਲੁੱਟਣ ਜਨਤਾ ਸੱਚ ਨੂੰ ਮਾਰਨ ਧੱਕੇ। ਲੋਭੀ ਧਰਮੀ ਆਗੂਆਂ ਨੇ ਹਾਂ ਧਰਮੀ ਆਗੂਆਂ ਨੇ ਤੱਕੜੀ ਪਾਪ ਦੀ ਫੜੀ ਫੜੀ ਜੀ ਪਿਆ ਜੋਰ ਭਾਗੂਆਂ ਦਾ ਲੱਗੀ ਲਾਲੋ ਹੱਥ ਕੜੀ ਕੜੀ ਜਿਆ ਰੋਕ ਮਾਲਕਾ ਤੂੰ ਹਾਕਮਾਂ ਚੁੱਕੀ ਹੱਤ ਬੜੀ। ਓ ਸੱਚ ਦੀ ਬਾਤ ਉਠਾਵਣ ਵਾਲੇ ਉਠਾਵਣ ਵਾਲੇ ਜੇਲਾਂ ਦੇ ਵਿੱਚ ਤਾੜੇ ਕੀਤੀ ਹੱਕਾਂ ਤੇ ਦਿਨ ਦੀ ਵੀ ਵੱਜ ਰਹੇ ਨੇ ਤਾੜੇ। ਭੁੱਖੇ ਨੂੰ ਰੋਟੀ ਨਹੀਂ ਰੱਜੇ ਨੂੰ ਨਿਉਂਦੇ ਜਾਣ ਚੜੀ ਚੜੀ ਜੀ ਪਿਆ ਜੋਰ ਭਾਗੂਆਂ ਦਾ ਲੱਗੀ ਲਾਲੋ ਹੱਥ ਕੜੀ ਕੜੀ ਜਿਆ ਰੋਕ ਮਾਲਕਾ ਤੂੰ ਹਾਕਮਾਂ ਚੁੱਕੀ ਹੱਤ ਬੜੀ। ਓ ਨਸ਼ਿਆਂ ਦੇ ਵਿੱਚ ਰੁਲੇ ਜਵਾਨੀ ਮਾਪੇ ਕਰਨ ਪਕਾਰਾਂ ਜਗ ਦੀ ਜਨਣੀ ਕੁੱਖ ਵਿੱਚ ਮਰਦੀ ਦੋਸ਼ੀ ਨੇ ਸਰਕਾਰਾਂ ਰਾਣੇ ਰੋਕ ਨੀ ਜ਼ੁਲਮਾਂ ਤੇ ਜਾਂਦੇ ਆਪਸ ਵਿੱਚ ਲੜੀ ਲੜੀ ਜੀ ਪਿਆ ਜੋਰ ਭਾਗੂਆਂ ਦਾ ਲੱਗੀ ਲਾਲੋ ਹੱਥ ਕੜੀ ਕੜੀ ਜਿਆ ਰੋਕ ਮਾਲਕਾ ਤੂੰ ਹਾਕਮਾਂ ਚੁੱਕੀ ਅਤ ਬੜੀ ਹਾਕਮਾਂ ਚੁੱਕੀ ਅਤ ਬੜੀ ਹਾਕਮਾਂ ਚੁੱਕੀ ਅਤ ਬੜੀ ਹੋ।